ਨਾਲੇ ਮਾਮਾ ਆਵਾਜ਼ ਤਾਂ ਨਾ ਮਗਰ ਫੜਾ ਦੇ ਆਓ ਭਾਈ ਆਓ ਬਸ ਬਾਈ ਬਾਈ ਹਾਂ ਹਾਂ ਚੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਵੰਸਿਆ ਜੇ ਕੋਈ ਕਸਰ ਬਾਕੀ ਰਹਿ ਗਈ ਤਾਂ ਉਹ ਵੀ ਪੂਰੀ ਕਰ ਲਾ ਤੈਨੂੰ ਉਸ ਦਿਨ ਹੀ ਕਿਹਾ ਸੀ ਮੇਰੇ ਨਾਲ ਭੈਣਾਂ ਬੈਠੀਆਂ ਨੇ ਪਿਛਲੇ ਪਾਸੇ ਭਰਾ ਖੜਾ ਇਧਰ ਬਾਪੂ ਬੈਠਾ ਸਰਪੰਚ ਬੈਠਾ ਸਾਰੀ ਉਹ ਪੰਚਾਇਤ ਬੈਠੀ ਆ ਜੀ ਸਾਰੇ ਇੱਕ ਥਾਂ ਹੀ ਬੈਠੇ ਆ ਜਿਹੜਾ ਮੁਕੱਦਮਾ 307 ਦਾ ਇਰਾਦਾ ਕਤਲ ਦਾ ਵੀ ਕਤਲ ਕਰਨ ਦੇ ਇਰਾਦੇ ਨਾਲ ਉੱਥੇ ਪੁਲਿਸ ਨਾਲ ਆਹ ਕਰਤਾ ਪੁਲਿਸ ਨਾਲ ਉਹ ਕਰਤਾ ਗੱਡੀਆਂ ਦੀ ਭੰਨ ਤੋੜ ਕਰਤੀ ਜੀ ਜੋ ਤੁਸੀਂ ਕੀਤਾ 18 ਨੰਬਰ ਮੁਕੱਦਮਾ ਧਨੌਲੇ ਥਾਣੇ 'ਚ ਦਰਜ ਕੀਤਾ ਸੋ ਆਜ ਅੱਜ ਹਲੇ ਵੀ ਤੇਰਾ ਢਿੱਡ ਨਹੀਂ ਭਰਿਆ ਭਾਨੇ ਨੂੰ ਅੰਦਰ ਰੱਖ ਕੇ ਭਾਨੇ ਨੂੰ ਕਟਾ ਕੇ ਜਲੀਲ ਕਰਾ ਕੇ ਵੀਡੀਓ ਉਹਦੀਆਂ ਦੇਖ ਕੇ ਬਣਾ ਕੇ ਹਲੇ ਵੀ ਤੇਰਾ ਨਹੀਂ ਸਬਰ ਭਰਿਆ ਇੱਕ ਪਾਸੇ ਤੇਰੀ ਪੁਲਿਸ ਤੇਰਾ ਡੀ ਜੀ ਪੀ ਅਰਪਿਤ ਸ਼ੁਕਲਾ ਤੇਰਾ ਏ ਡੀ ਜੀ ਪੀ ਜਸਕਰਨ ਸਿੰਘ ਡੀ ਆਈ ਜੀ ਭੁੱਲਰ ਏ ਡੀ ਜੀ ਪੀ ਗੁਰਿੰਦਰ ਢਿੱਲੋਂ ਤੇਰੇ 4 ਅਫਸਰ ਦਸਤਖਤ ਕਰਕੇ 3 ਤਰੀਕ ਨੂੰ ਲਿਖਤੀ ਸਮਝੌਤਾ ਦੇ ਕੇ ਜਾਂਦੇ ਆ ਬੋਲ ਕੇ ਜਾਂਦੇ ਆ ਬਹੁਤ ਵੱਡੇ ਇਕੱਠ ਦੇ ਵਿੱਚ ਕਿ 10 ਤਰੀਕ ਤੱਕ ਅਸੀਂ ਭਾਨੇ ਨੂੰ ਬਾਹਰ ਲਿਆ ਕੱਢ ਦਿਆਂਗੇ ਪਰ ਉਸੇ 3 ਤਰੀਕ ਨੂੰ ਹੱਥ ਨੇ 5:30 ਦਾ ਸਮਾਂ ਹੁੰਦਾ ਤੇ ਸਾਡੇ ਸਾਰਿਆਂ ਦੇ ਉੱਤੇ ਮੁਕੱਦਮਾ ਵਿੱਚ ਲੱਖਾ ਸਿਧਾਣਾ ਵਿੱਚ ਭਾਨੇ ਸਿੱਧੂ ਦੀਆਂ ਦੋਨੇ ਭੈਣਾਂ ਵਿੱਚ ਭਾਨੇ ਸਿੱਧੂ ਦਾ ਬਾਪੂ ਭਾਨੇ ਦਾ ਭਰਾ ਭਾਨੇ ਦੇ ਪਿੰਡ ਦਾ ਸਰਪੰਚ ਭਾਨੇ ਦੇ ਪਿੰਡ ਦੀ ਪੰਚਾਇਤ ਜਿੰਨੇ ਬੰਦੇ ਵੀ ਲੱਗੇ ਹੋਏ ਸੀਗੇ ਪਿੰਡ ਕੋਟ ਦੁੰਨੇ ਤੋਂ ਲੈ ਕੇ ਜਾਂ ਹੋਰ ਪਿੰਡਾਂ ਚੋਂ ਸਾਰਿਆਂ ਦੇ ਉੱਤੇ ਬਾਏ ਨੇਮ 307 ਤੇ ਹੋਰ 11 ਧਰਾਵਾਂ ਲਾ ਕੇ ਮੁਕੱਦਮਾ ਜਿਹੜਾ ਉਹ ਤੁਸੀਂ ਦਰਜ ਕੀਤਾ ਥਾਣੇ ਧਨੌਲੇ 'ਚ ਪਰ ਇੱਕ ਤੂੰ ਬਹੁਤ ਵੱਡਾ ਵਹਿਮ ਪਾਲੀ ਬੈਠਾ ਇਹ ਮੈਂ ਪਹਿਲੇ ਦਿਨ ਤੋਂ ਗੱਲ ਕਹਿੰਦਾ ਆ ਰਿਹਾ ਇਹ ਜੇ ਤੂੰ ਨਹੀਂ ਪੜਿਆ ਤਾਂ ਪੜ ਲਈ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੜਦਾ ਸੀ ਦੂਣ ਸਵਾਏ ਹੋਏ ਇਹ ਤੇਰੇ ਪਰਚਿਆਂ ਦੇ ਨਾਲ ਅਸੀਂ ਦੱਬਣ ਵਾਲੀ ਨਹੀਂ ਆ ਇਹ ਜਿਹੜੀ ਤੂੰ ਰਾਜਨੀਤੀ ਖੇਡ ਰਿਹਾ ਨਾ ਕਿ ਪਰਚਿਆਂ ਦੀ ਰਾਜਨੀਤੀ ਪਾ ਕੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਤੂੰ ਆਵਾਜ਼ ਬੰਦ ਕਰ ਦੇਗਾ ਨੇ ਹੋਣਾ ਨਹੀਂ ਇਹ ਜੇ ਤੈਨੂੰ ਪੰਜਾਬ ਦਾ ਇਤਿਹਾਸ ਪੜ੍ਹ ਕੇ ਨਹੀਂ ਪਤਾ ਲੱਗਿਆ ਤੇ ਫਿਰ ਤੈਨੂੰ ਪਤਾ ਨਹੀਂ ਲੱਗਣਾ ਤੂੰ ਅੰਨਾ ਹੋ ਗਿਆ ਅਸਲ ਤਾਕਤ ਇੰਨੀ ਤੇਰੇ ਕੋਲ ਆ ਗਈ ਪਾਵਰ ਦੇ ਨਸ਼ੇ 'ਚ ਅੰਨਾ ਹੋ ਗਿਆ ਦਿਖਦੀ ਕੱਖ ਨਹੀਂ ਤੈਨੂੰ ਯਾਰ ਆਹ ਕੋਈ ਦਲੀਲ ਆ ਯਾਰ ਇਹ ਕੁੜੀ ਵਿਚਾਰੀ ਸਰਕਾਰੀ ਸਕੂਲ ਦੇ ਵਿੱਚ ਪ੍ਰਾਇਮਰੀ ਸਰਕਾਰੀ ਇਹ ਉਸ ਦਿਨ ਮੌਕੇ ਦੇ ਉੱਤੇ ਡਿਊਟੀ ਤੇ ਹਾਜ਼ਰ ਆ ਸਕੂਲ 'ਚ ਪੜ੍ਹਾਉਣ ਗਈ ਆ 3 ਤਰੀਕ ਨੂੰ ਇਹਦੀ ਹਾਜ਼ਰੀ ਲੱਗੀ ਹੋਈ ਆ ਰਜਿਸਟਰ ਦੇ ਉੱਤੇ ਬਕਾਇਦਾ ਤੌਰ ਤੇ ਸਕੂਲ 'ਚ ਤੇ ਤੁਸੀਂ ਇਹਤੇ ਵੀ ਚੱਕ ਕੇ ਪਰਚਾ ਦੇਤਾ ਇੱਕ ਭੈਣ ਘਰੇ ਆਉਂਦੇ ਵੀ ਪਰਚਾ ਦੇਤਾ ਬਾਪੂ ਘਰੇ ਆਉਂਦੇ ਵੀ ਪਰਚਾ ਦੇਤਾ ਸਾਡੇ ਤੇ ਦੇ ਦਿੰਦਾ ਤੈਨੂੰ ਪਤਾ ਸਾਡੀ ਆਵਾਜ਼ ਦੱਬਣ ਨੂੰ ਸਾਡੇ ਦੇਣ ਦਾ ਕੋਈ ਗੱਲ ਨਹੀਂ ਪਰ ਯਾਰ ਤੂੰ ਇੱਥੋਂ ਤੱਕ ਆ ਜਾਏਗਾ ਅਸੀਂ ਸੁਣਦੇ ਰਹੇ ਆ ਵੀ ਕਿਵੇਂ ਜ਼ਕਰੀਆ ਖਾਨ ਵਰਗੇ ਕਿਵੇਂ ਅਬਦਾਲੀ ਵਰਗੇ ਮੱਸੇ ਰੰਗੜ ਵਰਗੇ ਸਾਡੀਆਂ ਧੀਆਂ ਭੈਣਾਂ ਨੂੰ ਚੱਕ ਕੇ ਲੈ ਜਾਂਦੇ ਸੀ ਕਿਵੇਂ ਬੰਤੇ ਬੁੱਚੜ ਵਰਗਿਆਂ ਨੇ ਸਾਡੀਆਂ ਧੀਆਂ ਭੈਣਾਂ ਥਾਣਾ 'ਚ ਰੋਲੀਆਂ ਸੀ ਨੰਗੀਆਂ ਕਰ ਕਰਕੇ ਬੇਪੱਤੀਆਂ ਕੀਤੀਆਂ ਸੀ ਉਹੀ ਰਾਹ ਤੂੰ ਫੜ ਲਿਆ ਕਿਹੜੀ ਗੱਲੋਂ ਜ਼ਕਰੀਆ ਖਾਨ ਤੇ ਮੱਸੇ ਰੰਗੜ ਦੇ ਬੰਤੇ ਬੁੱਚੜ ਨਾਲ ਉਹ ਘਾਟਾ ਤੂੰ ਦੱਸ
ਯਾਰ ਇੱਕ ਬੰਦੇ ਦੇ ਮਗਰ ਤੂੰ ਇੰਨਾ ਹੱਥ ਧੋ ਕੇ ਪੈ ਗਿਆ ਵੀ ਉਹਦੇ ਪਰਿਵਾਰ ਨੂੰ ਵੀ ਮਾਰਨ ਤੇ ਆ ਗਿਆ ਯਾਰ। ਇਸ ਕਰਕੇ ਤੈਨੂੰ 92 ਬੰਦੇ ਚਾ ਕੇ ਭੇਜਿਆ ਪੰਜਾਬ ਦੇ ਲੋਕਾਂ ਨੂੰ। ਸੋ ਜੇ ਯਾਰ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਬਾਈ, ਜੇ ਰਾਜਾ ਹੀ ਪਰਜਾ ਤੇ ਜ਼ੁਲਮ ਕਰਨ ਲੱਗ ਜੇ ਇਨਸਾਫ ਲੈਣ ਕੋਈ ਕਿੱਥੇ ਜਾਊਗਾ? ਪਰ ਰਾਜੇ ਦੇ ਖਿਲਾਫ ਬਗਾਵਤਾਂ ਵੀ ਹੁੰਦੀਆਂ ਤੇ ਸਾਡਾ ਖੂਨ ਵੀ ਵਗੀ ਆ, ਉਹੀ ਖੂਨ ਰਗਾਂ ਸਾਡੇ ਚੱਲਦਾ ਉਹਨਾਂ ਯੋਧਿਆਂ ਦਾ। ਜੇ ਤੇਰੇ ਦਿਮਾਗ 'ਚ ਆ ਵੀ ਮੈਂ ਐਂ ਦੱਬ ਲੂੰ ਇਹਦਾ, ਤੂੰ ਪੱਤਾ ਹੀ ਪਾਲ ਦੇ ਪਰਚੇ ਅਸੀਂ ਤਿਆਰ ਹਾਂ, ਸਾਡੇ ਜ਼ਿਲ੍ਹਾ ਅਸੀਂ ਤਿਆਰ ਮਰਵਾ ਦੇ। ਸਿਵਿਆਂ 'ਚ ਪਏ ਵੀ ਆ ਕੇ ਬੋਲਾਂਗੇ, ਸਿਵਿਆਂ 'ਚ ਪਿਆਂ ਦੀ ਵੀ ਆਵਾਜ਼ ਗੂੰਜੂਗੀ ਜੇ ਤੇਰੇ ਦਿਮਾਗ 'ਚ ਗਲਤ ਫਹਿਮੇ ਕੱਢ ਦੇ। ਇਹ ਸਦਾ ਨਹੀਂ ਰਹਿੰਦੀਆਂ ਹੁੰਦੀਆਂ, ਇਹ ਪਾਵਰਾਂ ਪੂਵਰਾਂ ਤਾਕਤਾਂ ਸਦਾ ਨਹੀਂ ਰਹਿੰਦੀਆਂ ਹੁੰਦੀਆਂ। ਹੱਦ ਹੋ ਗਈ ਯਾਰ ਥੁੱਕ ਕੇ ਚੱਟਣ ਵਾਲੀ ਗੱਲ, ਤੁਸੀਂ ਆਏ ਖੜੇ ਹੋ। ਬਿਲਕੁਲ ਵਿੱਚ ਬੰਦੇ ਕਹਿੰਦੇ ਸੀਗੇ ਸਾਨੂੰ ਹਲੇ ਯਕੀਨ ਸੀਗਾ, 10 ਤਰੀਕ ਦਾ ਸਮਾਂ ਤੁਸੀਂ ਦਿੱਤਾ, ਅਸੀਂ 10 ਤੱਕ ਬਿਲਕੁਲ ਚੁੱਪ ਆ ਵੀ ਕੋਈ ਗੱਲ ਨਹੀਂ ਤੁਸੀਂ ਛੱਡੋ ਬੰਦਾ ਸਾਡਾ। ਤੁਸੀਂ ਸਮਾਂ ਲੈ ਕੇ ਗਏ ਆ, ਅਸੀਂ ਤੁਹਾਡੇ ਭਰੋਸੇ ਦੇ ਉੱਤੇ ਤੁਹਾਡੇ ਵੱਡੇ ਅਫਸਰਾਂ ਦੇ ਭਰੋਸੇ ਦੇ ਉੱਤੇ ਸਮਾਂ ਦਿੱਤਾ 10 ਤਰੀਕ ਦਾ ਵੀ 10 ਤਰੀਕ ਤੱਕ ਅਸੀਂ ਭਾਨੇ ਦੇ ਪਰਚੇ ਚਾਰਜ ਕਰਕੇ ਉਹਨੂੰ ਬਾਹਰ ਕੱਢ ਦਿਆਂਗੇ। ਪਰ ਜੇ ਨਹੀਂ ਉਦੋਂ ਪਹਿਲਾਂ ਹੀ ਸ਼ੁਰੂ ਕਰਤਾ ਕੰਮ, ਜਾਣੇ ਵਿਉਂਤਬੰਦੀ ਤੁਹਾਡੀ ਪਹਿਲਾਂ ਹੀ ਸੀਗੀ, ਇਹ ਤਿੰਨ ਤੋਂ ਹੀ ਸੀਗੀ, ਉਦੋਂ ਵੀ ਪਹਿਲਾਂ ਦੀ ਬਣੀ ਸੀ ਵੀ ਕਿਸੇ ਵੀ ਤਰੀਕੇ ਨਾਲ ਇਹ ਬੰਦੇ ਬਾਹਰ ਨਹੀਂ ਨਿਕਲਣ ਦੇਣੇ, ਭਾਨਾ ਬਾਹਰ ਨਹੀਂ ਆਉਣ ਦੇਣਾ। ਜਿਹੜਾ ਲਾਂਬੂ ਤੂੰ ਲਾ ਰਿਹਾ ਪੰਜਾਬ 'ਚ, ਅੱਗ ਜਿਹੜੀ ਤੂੰ ਲਾ ਰਿਹਾ, ਜਿਹੜੀ ਭੱਠੀ ਦੇ ਵਿੱਚ ਤੂੰ ਝੋਕ ਰਿਹਾ ਪੰਜਾਬ ਦੀ ਜਵਾਨੀ ਨੂੰ ਬਲ ਦੇ ਬੂਥੇ ਦੇ ਰਿਹਾ ਤੇ ਸ਼ਿਕਾਰ ਖੇਡਣ ਲਈ ਤੂੰ ਤਿਆਰੀਆਂ ਕਰ ਰਿਹਾ ਸੈਂਟਰ ਨਾਲ ਮਿਲ ਕੇ, ਐਂ ਨਹੀਂ ਪਤਾ ਕੱਲ ਨੂੰ ਫੋਰਸਾਂ ਮੰਗਾ ਲਈਆਂ ਇੱਥੇ ਜਿਵੇਂ ਉਦੋਂ ਆਪਣੇ ਅੰਮ੍ਰਿਤਪਾਲ ਵੇਲੇ ਬੁਲਾਈਆਂ ਸੀਗੀਆਂ। ਠੀਕ ਹੈ, ਉਹ ਤੇਰਾ ਸਾਡੇ ਤੇ ਵੀ NSA ਲਾਉਣ ਦਾ ਇਰਾਦਾ ਲਾ ਦੇ, ਕਸਰ ਨਾ ਰਹਿ ਜੇ, ਜਿੰਨੇ ਤੂੰ ਚੁੱਭਦੇ ਆ ਰੜਕਦੇ ਆ, ਕੋਈ ਪੱਤਰਕਾਰ ਆ ਕੋਈ ਹੋਰ ਆ ਬੋਲਣ ਵਾਲਾ ਬੰਦਾ, NSA ਲਾ ਡਿਬਰੂਗੜ੍ਹ ਸਿੱਟਦੇ ਚੱਕ ਕੇ, ਕੋਈ ਬੰਦਾ ਨਾ ਛੱਡੀ, ਪਰ ਤੈਨੂੰ ਫੇਰ ਵੀ ਲੋਕ ਜਵਾਬ ਦੇਣਗੇ। ਇੱਥੇ ਦਾ ਨੌਜਵਾਨ ਵੀ, ਇੱਥੋਂ ਦਾ ਜਵਾਕ ਵੀ, ਇੱਥੋਂ ਦਾ ਬਜ਼ੁਰਗ ਵੀ, ਸਾਡੀਆਂ ਮਾਵਾਂ ਵੀ, ਇਹ ਭੁਲੇਖਾ ਨਾ ਰੱਖੀ ਕਿ ਇਹ ਤਾਂ ਬਈ ਅਸੀਂ ਪਰਚਿਆਂ ਦੀ ਰਾਜਨੀਤੀ ਦੱਬ ਲਾਂਗੇ। ਕੋਈ ਗੱਲ ਨਹੀਂ, ਅਸੀਂ ਤਿਆਰ ਹਾਂ, ਭੇਜ ਆਉਂਦੀ ਪੁਲਿਸ ਫੋਰਸ, ਅਸੀਂ ਸਾਰੇ ਇਸ ਵੇਲੇ ਇਕੱਠੇ, ਤੈਨੂੰ ਪਾਸਿਆਂ ਸੇ ਰੇਡ ਮਾਰਨ ਦੀ ਲੋੜ ਨਹੀਂ ਪੈਣੀ, ਵੀ ਸਲਾੜਿਆਂ ਨੂੰ ਭੱਜੇਗਾ, ਕਿਸੇ ਹੋਰ ਪਿੰਡਾਂ ਨੂੰ ਭੱਜੇਗਾ, ਅਸੀਂ ਇੱਥੇ ਬੈਠੇ ਹਾਂ, ਕੋਟ ਦੁੰਨੇ ਭਾਨੇ ਦੇ ਘਰੇ ਬੈਠੇ ਹਾਂ, ਭੈਣਾਂ ਵੀ ਬੈਠੀਆਂ, ਬਾਪੂ ਵੀ ਬੈਠਾ, ਭਰਾ ਵੀ ਬੈਠਾ, ਪੰਚਾਇਤ ਵੀ ਬੈਠੇ, ਜਿੰਨਿਆਂ ਦੇ ਪਰਚੇ ਸਾਰੇ ਬੈਠੇ ਹਾਂ ਅਸੀਂ, ਤੂੰ ਭੇਜ ਦੇ ਸਾਨੂੰ ਚੁਕਾ ਲਾ, ਜਿਹੜੀ ਧਾਰਾ ਤੇਰੀ ਕੋਈ ਰਹੇਗੀ ਕਰ ਸੈਂਟਰ ਨਾਲ ਗੱਲ, ਤਿਆਰ ਤਾਂ ਤੂੰ ਹੋ ਹੀ ਬੈਠਾ, ਸ਼ੁਰੂ ਤੋਂ ਤੂੰ ਕੰਮ ਕਰ ਹੀ ਲਿਆ, ਜਿਹੜੇ ਤੂੰ ਟਰੈਕਟਰ ਬਣਾਏ ਆ ਬੁਲਟ ਪਰੂਫ ਟਰੈਕਟਰ, ਗੈਸਟਰਾਂ ਦਾ ਕਹਿ ਕੇ ਬਹਾਨਾ ਤੁਸੀਂ ਗੋਲੀਆਂ ਮਾਰਨ ਲੱਗ ਗਏ, ਇਨਕਾਊਂਟਰ ਕਰਨ ਲੱਗ ਗਏ, ਸ਼ੁਰੂ ਦਾ ਕੰਮ ਤੁਸੀਂ ਕਰ ਲਿਆ, ਉਹ ਤਾਂ ਤੂੰ ਉਧਰ ਤੂੰ ਤੁਰ ਪਿਆ, ਉਹ ਰਾਹ ਤੁਰ ਪਿਆ, ਫੜ ਲਿਆ ਦੋ ਰਾਹ, ਪਰ ਤੇਰੇ ਵਰਗੇ ਕੰਧਾਂ ਟੱਕਰਾਂ ਮਾਰ ਮਾਰ ਰੋਂਦੇ ਹੁੰਦੇ, ਕਮਲੇ ਹੋ ਜਾਂਦੇ ਹੁੰਦੇ ਆ, ਇੱਥੇ ਕਿਹਦਾ ਹਾਲ ਨੀ ਅੱਗੇ ਮਾੜਾ ਹੋਇਆ, ਅੱਜ ਦੇਖ ਲਓ ਰੁਲਦੇ ਨੇ ਜਿਹੜੇ ਬੰਦਿਆਂ ਨੇ ਉਸ ਸਮੇਂ। ਸੋ ਮੈਂ ਕਹੂੰਗਾ ਦੋ ਸ਼ਬਦ ਭੈਣ ਵੀ ਆਪਣੀ ਬਣੇ ਬੋਲ ਕੋਈ ਵਾਹਿਗੁਰੂ ਜੀ ਕਾ, ਇਹ ਬਿਲਕੁਲ ਮਤਲਬ ਕਿ ਧੱਕਾ ਹੋ ਰਿਹਾ ਗਾ, ਧੱਕੇ ਦੀ ਰਾਜਨੀਤੀ ਹੋ ਰਹੀ ਹੈ, ਅਸੀਂ ਇੱਕ ਡੈਮੋਕ੍ਰੇਸੀ 'ਚ ਨਹੀਂ ਰਹਿ ਰਹੇ, ਅਸੀਂ ਇੰਡੀਅਨ ਡੈਮੋਕ੍ਰੇਸੀ 'ਚ ਅਸੀਂ ਆਪਦੀ ਰਿਪਬਲਿਕ ਦਾ ਮਤਲਬ ਕਿ ਦੇਸ਼ ਦੇ ਵਾਸੀ ਹੋ ਕੇ ਤਾਂ ਅਸੀਂ ਆਪਦੀ ਸੁਤੰਤਰਤਾ ਨਾਲ ਜਵਾਬ ਕਰ ਸਕੀਏ, ਸਾਡੇ 'ਤੇ ਕੋਈ ਮਤਲਬ ਪ੍ਰੈਸਰ ਨਾ ਹੋਵੇ, ਕਿਉਂਕਿ ਅਸੀਂ ਆਰਾਮ ਨਾਲ ਇੱਕ ਵਧੀਆ ਆਪਦੇ ਮਤਲਬ ਕਿ ਜੋਬ ਕਰ ਸਕੀਏ, ਔਰ ਆਪਣੇ ਕੰਮਾਂ ਧੰਦਿਆਂ ਨੂੰ ਇੱਕ ਸੁਤੰਤਰ ਹੋ ਕੇ ਇੱਕ ਡੈਮੋਕ੍ਰੇਸੀ 'ਤੇ ਆਵੇ,
ਸਾਡਾ ਜਿਹੜਾ ਦੇਸ਼ ਹੈ ਅਸੀਂ ਚਾਹੁੰਦੇ ਆ ਵੀ ਅਸੀਂ ਸਾਰੇ ਭੈਣੇ ਤੂੰ ਇੰਨੀ ਗੱਲ ਦੱਸ ਜਿੱਦੇ ਤੂੰ ਉਹਦੇ ਤੋਂ ਸਕੂਲ ਚ ਸੀ ਹਾਂਜੀ ਮੈਂ ਆਪਦੀ ਜੋਬ ਤੇ ਸੀ ਬਿਲਕੁਲ ਮੈਂ ਆਪਣੇ ਘਰ ਸੀਗੀ ਸਹੁਰੇ ਘਰ ਤੋਂ ਮੈਂ ਜੋਬ ਤੇ ਗਈ ਹਾਂ ਜੋਬ ਤੋਂ ਮੈਂ ਆਪਣੇ ਫਿਰ ਘਰ ਆਈ ਹਾਂ ਪੂਰਾ ਟਾਈਮ ਮੈਂ ਆਪਣੀ ਜੋਬ ਤੇ ਗਈ ਸ਼ਰਮ ਕਰੋ ਸ਼ਰਮ ਕਰੋ ਮਾੜੇ ਮੋਟੇ ਆਟੇ ਦਾ ਆਪਣੇ ਇੱਥੋਂ ਤਾਂ ਲੱਗ ਜਾਂਦਾ ਹੁੰਦਾ ਜੀ ਉਹੋ ਜਿਹਾ ਪੁਲਿਸ ਵਾਲੇ ਆ ਹੱਦ ਹੋ ਗਈ ਯਾਰ ਤੁਹਾਡੀ ਅੰਦਰੋਂ ਮਾੜਾ ਮੋਟਾ ਤਾਂ ਸ਼ਰਮ ਕਰ ਲਓ ਅੱਖਰ ਚਾਰ ਲਿਖਣ ਵੇਲੇ ਹੀ ਸੋਚ ਲਿਆ ਕਰੋ ਯਾਰ ਤੁਹਾਡੇ ਘਰੇ ਵੀ ਧੀਆਂ ਭੈਣਾਂ ਤੁਸੀਂ ਪਰਿਵਾਰਾਂ ਵਾਲੇ ਹੋ ਯਾਰ ਜਵਾਕ ਜਲੇ ਵਾਲੇ ਹੋ ਯਾਰ ਇੱਥੋਂ ਤੱਕ ਗਿਰ ਜਾਂਦੇ ਹਾਂ ਆਪਾਂ ਸਿਰਫ ਫੋਕੀ ਬੱਲੇ ਬੱਲੇ ਦੇ ਵਾਹ ਵਾਹ ਕਰਾਉਣ ਦੇ ਮਾਰੇ ਆਪਦੇ ਵੱਡੇ ਅਫਸਰਾਂ ਤੋਂ ਤੇ ਸਰਕਾਰ ਤੋਂ ਥਾਪੀਆਂ ਲੈਣ ਦੇ ਮਾਰੇ ਵੀ ਆਪਾਂ ਕੋਈ ਸੱਚਾ ਝੂਠਾ ਦੇਖਦੇ ਨਹੀਂ ਆਹ ਦੇਖ ਲਓ ਤੁਹਾਡੇ ਸਾਹਮਣੇ ਉਹ ਰੁਲਦੇ ਦੇਖ ਲਓ ਕਿਵੇਂ ਅੱਜ ਜਿਨ੍ਹਾਂ ਨੇ 80-90 ਦੇ ਦੌਰ ਦੇ ਵਿੱਚ ਝੂਠੇ ਮੁਕਾਬਲੇ ਬਣਾ ਬਣਾ ਮਾਰਿਆ ਨਾ ਲੋਕਾਂ ਦਾ ਸ਼ਤਰ ਕੀਤਾ ਉਹਨਾਂ ਦੇ ਪਰਿਵਾਰਾਂ ਦਾ ਹਾਲ ਦੇਖ ਲਓ ਆਪਣਾ ਹਾਲ ਦੇਖ ਲਓ ਕੀ ਹੋਇਆ ਫਿਰਦਾ ਕਿਵੇਂ ਕੰਧਾਂ ਟੱਕਰਾਂ ਮਾਰਦੇ ਫਿਰਦੇ ਨੇ ਕਿਵੇਂ ਪਰਿਵਾਰਾਂ ਦੇ ਤਬਾਹ ਹੋਏ ਨੇ ਇਹ ਦੇਣੀਆਂ ਆਉਂਦੀਆਂ ਬਈ ਠੀਕ ਆ ਤੁਹਾਡੇ ਕੋਲ ਪਾਵਰ ਹੈ ਪਰ ਜਿਹੜੀ ਪਾਵਰ ਉੱਪਰ ਬੈਠੀ ਆ ਉਹ ਤੋਂ ਡਰੋ ਉਹਦੀ ਡਾਂਗ ਜਦੋਂ ਪੈਂਦੀ ਆ ਨਾ ਉਹ ਆਵਾਜ਼ ਨਹੀਂ ਕਰਦੀ ਤੇ ਇਨਸਾਫ਼ ਹੋਣਾ ਇੱਥੇ ਹੀ ਹੋਣਾ ਹੁੰਦਾ ਧਰਤੀ ਤੇ ਇੱਥੇ ਹੀ ਹੋਣਾ ਹੁੰਦਾ ਇਸੇ ਜੀਵਨ 'ਚ ਆ ਜ਼ਿੰਦਗੀ 'ਚ ਹੀ ਹੋਣਾ ਹੁੰਦਾ ਯਾਰ ਐਡੀ ਨੇਰ ਕਰਦੀ ਐਡਾ ਧੱਕਾ ਯਾਰ ਇਹਦਾ ਤਾਲੇਵਾਲੀਆਂ ਨੂੰ ਵੀ ਛੱਡ ਗਿਆ ਪਿੱਛੇ ਯਾਰ ਇਹਦਾ ਜਿਵੇਂ ਪਾਕਿਸਤਾਨ ਚੱਲੀ ਜਾਂਦਾ ਚੱਕ ਕੇ ਇਮਰਾਨ ਖਾਨ ਨੂੰ 14-14 ਸਾਲ ਕੈਦ ਕਰਤੀ 3-4 ਕੇਸਾਂ 'ਚ ਉਹਦਾ ਜਿਹੜਾ ਹੁਣ ਵੋਟਾਂ ਨੇ ਕੱਲ੍ਹ ਜਾਂ ਪਰਸੋਂ ਪਾਕਿਸਤਾਨ 'ਚ ਉੱਥੇ ਉਹਦਾ ਜਿਹੜਾ ਸੀਗਾ ਨਿਸ਼ਾਨ ਚੋਣ ਦਾ ਨਿਸ਼ਾਨ ਸੀ ਬੈਟ ਉਹ ਬੈਟ ਵੀ ਖੋਲਿਆ ਉਹਦੇ ਕੋਲੋਂ ਉਦੋਂ ਵੀ ਵੱਡੇ ਧੱਕੇ ਤੇ ਤੂੰ ਤਾਂ ਆਮ ਲੋਕਾਂ ਨਾਲ ਹੀ ਆ ਗਿਆ ਯਾਰ ਇੱਥੇ ਆਹ ਲੋਕਾਂ ਨਾਲ ਹਾਲ ਹੋਣ ਲੱਗ ਗਿਆ ਕਿ ਇੱਥੇ ਸੁਰੱਖਿਅਤ ਬੰਦਾ ਕਿਹੜਾ ਯਾਰ ਤੂੰ ਵੱਡੀਆਂ ਵੱਡੀਆਂ ਗੱਲਾਂ ਕਰਦਾ ਤੈਨੂੰ ਆਪਣਾ ਕਿੰਨਾ ਫਿਕਰ ਆ ਕਿ ਮੇਰੇ ਘਰ ਵਾਲੀ ਕੋਲ ਬੱਚਾ ਹੋਣ ਵਾਲਾ ਤੂੰ ਗੱਲ ਕਰਦਾ ਠੀਕ ਹੈ ਭਾਈ ਅਸੀਂ ਵੀ ਕਹਿੰਦੇ ਹਾਂ ਤੰਦਰੁਸਤ ਬੱਚਾ ਹੋ ਗਿਆ ਸੀ ਇਨਸਾਨੀਅਤ ਦੇ ਖਿਲਾਫ ਨਹੀਂ ਤੇਰੇ ਵਰਗੇ ਨਹੀਂ ਆ ਤੈਨੂੰ ਕਿੰਨਾ ਫਿਕਰ ਆ ਸਟੇਜਾਂ ਦੇ ਉੱਤੇ ਚਾਹ ਕਿੰਨਾ ਤੈਨੂੰ ਵੀ ਮੇਰੇ ਘਰੇ ਪਰਿਵਾਰ ਦੇ ਵਿੱਚ ਨਵਾਂ ਜੀ ਆਉਣ ਵਾਲਾ ਤੇ ਆਹ ਕਿਸੇ ਦੀਆਂ ਭੈਣਾਂ ਨਹੀਂ ਆ ਕਿਸੇ ਦੀਆਂ ਕੁੜੀਆਂ ਨਹੀਂ ਜਿਨ੍ਹਾਂ ਦੇ ਅੱਜ ਤੂੰ ਜਨਮ ਢਾ ਰਿਹਾ ਉਹ ਵੀ 307 ਦਾ ਇਰਾਦਾ ਕਤਲ ਦਾ ਪਰਚਾ ਭੰਨ ਤੋੜ ਜੀ ਪੁਲਿਸ ਵਾਲੇ ਕਿਰਪਾਨ ਮਾਰੀ ਜੀ ਕਿਵੇਂ ਕਹਾਣੀਆਂ ਬਣਾ ਕੇ ਮਿੰਟ ਲਾਉਂਦੇ ਨੇ ਯਾਰ ਕਹਾਣੀ ਕੱਢ ਦੂੰ ਯਾਰ ਸੋ ਬਾਈ ਹੱਥ ਬੰਨ ਕੇ ਤੁਸੀਂ ਬਾਪੂ ਜੀ ਕੋਈ ਕਹਿਣਾ ਚਾਹੁੰਦੇ ਬੋਲਿਆ ਨਹੀਂ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜਿੱਦੇ 3 ਤਰੀਕ ਨੂੰ ਅਸੀਂ ਮਗਵਾਲ ਕੋਠੀ ਦੇ ਵਿੱਚ ਬੈਠੇ ਸੀ ਸਾਨੂੰ ਉੱਥੋਂ DSP ਨੇ ਚੱਕਿਆ ਗਾ ਚੱਕ ਕੇ ਸਾਨੂੰ ਬਾਣੀਆਂ ਥਾਣੇ ਦੇ ਵਿੱਚ ਲਿਆਇਆ ਗਿਆ ਸਾਨੂੰ 8 ਵਜੇ ਦੇ ਤਕਰੀਬਨ ਜਿੰਨਾ ਚਿਕ ਬਾਈ ਦਾ ਹੁਕਮ ਨਹੀਂ ਹੋਇਆ ਉਧਰੋਂ ਇਹਨਾਂ ਦੀ ਕੋਈ ਗੱਲਬਾਤ ਨਹੀਂ ਹੋਣਾ ਉਦੋਂ ਬਾਅਦ ਪਹਿਲਾਂ ਸਾਨੂੰ ਕਿਸੇ ਪੁਲਿਸ ਨੇ ਕੱਢਿਆ ਨਹੀਂ ਹੈਗਾ ਚੱਕ ਕੇ ਬਾਈ ਸਾਨੂੰ ਧਰੌਲੇ ਪਰਚੇ ਦੇ ਦਿੱਤਾ ਕਹਿੰਦੇ 5-6 ਵਜੇ ਪਰਚੇ ਵੀ ਸਰਪੰਚ ਇੱਥੇ ਸੀ ਅਸੀਂ ਬਾਈ ਬਾਲੀਆਂ ਥਾਣੇ ਆਪਦਾ ਰਿਕਾਰਡ ਕਢਾ ਲਓ ਜਾ ਕੇ ਅਸੀਂ ਥਾਣੇ ਦੇ ਵਿੱਚ ਦੀ ਬਾਈ ਇੰਨੀ ਕੀ ਗੱਲ ਕਰਨੀ ਆ ਬਾਈ ਵਾਹਿਗੁਰੂ ਜੀ ਕਾ ਖਾਲਸਾ ਸੋ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹੁਣ ਇਹ ਕੀ ਕਰ ਰਹੇ ਆ ਹੁਣ ਪੁਲਿਸ ਕਿਹੜੇ ਕੰਮਾਂ ਤੇ ਉਤਰੀ ਹੋਈ ਆ ਕਿਸੇ ਵੀ ਵੱਖ ਵੱਖ ਥਾਣਿਆਂ ਦੇ SHO ਮੁੰਡਿਆਂ ਨੂੰ ਫੋਨ ਕਰਦੇ ਆ ਜਿਹੜੇ ਉਹਦੇ ਇਕੱਠ ਚ ਆਏ ਜਾਂ ਸਾਡੇ ਨਾਲ ਜੁੜੇ ਹੋਏ ਆ ਤੁਸੀਂ ਥਾਣੇ ਆ ਕੇ ਜਾਓ ਜੀ ਉਹ ਜਾਂਦੇ ਆ ਤੁਹਾਡਾ ਜੀ ਨਾਨਕੇ ਕਿੱਥੇ ਆ ਤੁਹਾਡੀਆਂ ਮਾਸੀਆਂ ਕਿੱਥੇ ਆ ਜੀ ਕਿੰਨੀਆਂ ਮਾਸੀਆਂ ਤੁਹਾਡੀਆਂ ਭੂਆ ਕਿੰਨੀਆਂ ਜੀ ਕਿੱਥੇ ਬਹਿਆਂ ਹੋਈਆਂ ਸਾਰਾ ਰਿਕਾਰਡ ਤਿਆਰ ਕਰ ਰਿਹਾ ਤੁਹਾਡੀ ਕਿਹੜੀ ID ਚੱਲਦੀ ਹੈ ਜੀ ਜਾਣ ਇੱਕ ਡਰ ਇੱਕ ਦਹਿਸ਼ਤ ਬਣਾਈ ਜਾ ਰਹੀ ਹੈ ਦਿਲਾਂ ਦੇ ਅੰਦਰ ਲੋਕਾਂ ਦੇ ਅੰਦਰ ਵੀ ਉੱਠ ਕੇ ਤੁਰਨ ਜਿਵੇਂ ਆਪਾਂ ਦੇਖਿਆ ਨਾ ਉਦੋਂ ਜਦੋਂ NSA ਲੱਗੇ ਮੁੰਡਿਆਂ ਤੇ ਉਦੋਂ ਵੀ ਆਹੀ ਮਾਹੌਲ ਸੀ ਉਹੀ ਮਾਹੌਲ ਦੇ ਉੱਤੇ ਪੁਲਿਸ ਫਿਰ ਤੁਰ ਪਈ ਦੁਕਾਨ ਦੇ ਲਈ ਕੋਈ SHO ਫੋਨ ਕਰਦਾ ਕੋਈ CNCHARGE ਫੋਨ ਕਰਦਾ ਕੋਈ DSP ਫੋਨ ਕਰਦਾ ਆਓ ਜੀ ਉੱਥੇ ਆ ਕੇ ਜਾਓ ਪਹਿਲਾਂ ਤਾਂ ਮੈਂ ਇਹ ਸਾਰਿਆਂ ਨੂੰ ਮੇਰੀ ਧਿਆਨ ਨਾਲ ਬੇਨਤੀ ਸੁਣ ਲਓ ਮੇਰਾ ਵੀਰ
ਇਹ ਡਰ ਦਹਿਸ਼ਤ ਦਾ ਜਿਹੜਾ ਦਿਲਾਂ ਚ ਖੌਫ ਹੈ ਕੱਢ ਦਿਓ, ਇਹ ਕੱਢ ਦਿਓ। ਕੱਫੜ ਸਿਰਾਂ ਦੇ ਬੰਨਣੇ ਪੈਣੇ ਆ, ਕੋਈ ਗੱਲ ਨੀ, ਤੂੰ ਚਲਾ ਗੋਲੀਆਂ ਤੂੰ ਚਲਾ ਡਾਂਗਾ, ਤੇਰੇ ਜਬਰ ਦਾ ਤੇਰੇ ਜ਼ੁਲਮ ਦਾ ਮੁਕਾਬਲਾ ਤੈਨੂੰ 3 ਸਾਲ ਲੈ ਗਏ, ਲਾ ਦੇ ਜ਼ੋਰ ਇੰਨਾ ਲੱਗਦਾ। ਮੈਂ ਬੇਨਤੀ ਤੁਹਾਨੂੰ ਇਹ ਕਰਦਾ, ਕੋਈ ਪੁਲਿਸ ਵਾਲਾ ਫੋਨ ਕਰਦਾ, ਕੋਈ ਥਾਣੇਦਾਰ ਕਰਦਾ, ਕੋਈ ਡੀਐਸਪੀ ਕਰਦਾ ਵੀ ਥਾਣੇ ਆਓ ਦਫ਼ਤਰ ਆਓ, ਸਪਸ਼ਟ ਜਵਾਬ ਦਿਓ ਅਸੀਂ ਨਹੀਂ ਆਉਣਾ। ਸਾਡੇ ਖਿਲਾਫ਼ ਕੋਈ ਵਾਰੰਟ ਜਾਰੀ ਹੋਇਆ, ਸਾਡੇ ਖਿਲਾਫ਼ ਕੋਈ ਮੁਕੱਦਮਾ ਦਰਜ ਹੋਇਆ ਤਾਂ ਦੱਸੋ, ਸਾਡੀ ਗ੍ਰਿਫਤਾਰੀ ਪਾ ਦਿਓ। ਪਰ ਕਿਸੇ ਦੇ ਬੁਲਾਉਣ ਦੇ ਉੱਤੇ, ਜੇ ਬੁਲਾਉਂਦੇ ਵੀ ਆ ਨਾਲ ਮੀਡੀਆ ਲੈ ਕੇ ਜਾਓ, ਨਾਲ ਆਪਣਾ ਕੋਈ ਵਕੀਲ ਲੈ ਜਾਓ, ਜਾਂ ਸਾਡੇ ਨਾਲ ਸੰਪਰਕ ਕਰਨ ਲੱਗ, ਜਿਹੜੇ ਵੀ ਬੰਦੇ ਨੂੰ ਜਿੱਥੇ ਵੀ ਇੱਕ ਦੇ ਬੁਲਾਉਂਦੇ ਆ, ਇਹ ਜਾਣਾ ਛੱਡ ਦਿਓ। ਇਹ ਉਹੀ ਗੱਲ ਡਰ ਪਾ ਦਿੰਦੇ ਆ, ਦਹਿਸ਼ਤ ਪਾ ਦਿੰਦੇ ਆ, ਮਾਹੌਲ ਹੈ ਜਾਂ ਸਿਰਜਦੇ ਆ। ਹੁਣ ਆਹ ਜਿਹੜਾ ਸਿਸਟਮ ਰਚਿਆ ਗਿਆ ਨਾ, ਅਸਲ ਇਹਨਾਂ ਦੇ ਮਨ ਚ ਸ਼ਾਇਦ ਪਹਿਲਾਂ ਹੀ ਇਹ ਬੇਈਮਾਨੀ ਖੋਟ ਸੀਗੀ ਵੀ ਜਿਹੜੇ ਬੋਲਣ ਵਾਲੇ ਬੰਦੇ ਉਹ ਦੱਬ ਲਓ, ਪਰਿਵਾਰ ਦੱਬ ਲਓ, ਪਰਿਵਾਰ ਘਰਾਂ ਚੋਂ ਇਹ ਇੱਥੋਂ ਤੱਕ ਵੀ ਆ ਜਾਂਦੇ ਆ, ਫਿਰ ਉਹਨਾਂ ਕਈ ਵਾਰ ਘਰਾਂ ਦੇ ਪਸ਼ੂ ਡੰਗਰ ਖੋਲ੍ਹ ਦਿੰਦੇ ਆ, ਕੋਈ ਪਸ਼ੂਆਂ ਨੂੰ ਪੱਠੇ ਵੀ ਪਾਉਣ ਆਵੇ ਉਹਦੇ ਵੀ ਚਾਰ ਡਾਂਗਾ ਮਾਰ ਦਿੰਦੇ ਆ। ਘਰਾਂ ਚ ਮੇਰੇ ਘਰ ਚ ਹੋਇਆ ਸੀ, ਮੇਰੇ ਪਸ਼ੂ ਵੀ ਖੋਲ ਡੰਗਰ ਛੱਡਤੇ, ਮੇਰੇ ਸੰਗਲ ਲਾਹ ਦੋ, ਕੋਈ ਪਿੰਡ ਚੋਂ ਬੰਦਾ ਉਹਦੇ ਡਾਂਗਾ ਮਾਰ ਕੇ ਭਜਾਤਾ, ਮੇਰੇ ਘਰ ਚ ਪਾਣੀ ਛੱਡ ਕੇ ਮੋਟਰ ਸਾਰਾ ਘਰ ਹੀ ਭਰਤਾ ਮੇਰਾ। ਮੇਰੀ ਮਾਂ ਨੂੰ, ਮੇਰੇ ਘਰ ਵਾਲੀ ਨੂੰ, ਮੇਰੀਆਂ ਤਿਆਰ ਭੂਆ ਨੇ 21 ਦਿਨ ਪੁਲਿਸ ਨੇ ਬਾਕੀ ਉਹ ਥਾਣੇ ਲੈ ਗਏ, ਆਹ ਥਾਣੇ ਲੈ ਗਏ, 21 ਦਿਨ ਥਾਣੇ ਚ ਘੁਮਾਈ ਫਿਰਦੇ ਰਹੇ। ਇਹ ਪੁੱਛੜਪਣਾ ਹੁੰਦਾ, ਤੁਹਾਡਾ ਰੌਲਾ ਕਿਸੇ ਬੰਦੇ ਨਾਲ ਆ, ਬੰਦੇ ਨਾਲ ਵੀ ਕੀ ਰੌਲਾ, ਸਾਡੇ ਨਾਲ ਕੋਈ ਵਰਤਦਾ ਰੌਲਾ ਯਾਰ, ਅਸੀਂ ਪੰਜਾਬ ਦਾ ਕੋਈ ਨੁਕਸਾਨ ਕਰ ਰਹੇ ਹਾਂ, ਅਸੀਂ ਕੀ ਕਰ ਰਹੇ ਹਾਂ ਯਾਰ, ਅਸੀਂ ਭਵੰਤਰੇ ਡਾਂਗ ਮਾਰੀ ਆ, ਸਵਾਲ ਹੀ ਪੁੱਛ ਰਹੇ ਹਾਂ ਨਾ, ਉਹ ਬਰਦਾਸ਼ਤ ਨਹੀਂ ਹੁੰਦੇ ਯਾਰ। ਇਸ ਕਰਕੇ ਬਾਈ ਤੁਹਾਨੂੰ ਨੌਜਵਾਨ ਨੂੰ ਖਾਸ ਅਪੀਲ ਆ, ਪੰਜਾਬ ਦੇ ਲੋਕੋ, ਜੇ ਅੱਜ ਡਰ ਗਏ ਨਾ ਬਾਈ, ਤਾਂ ਯਾਦ ਰੱਖਿਓ ਮੇਰਾ ਭਰਾ ਹੱਥ ਬੰਨਦਾ ਤੁਹਾਡੇ ਅੱਗੇ, ਦੇਖਿਓ ਜੇ ਅੱਜ ਤੁਸੀਂ ਚੁੱਪ ਕਰਕੇ ਘਰਾਂ ਚ ਬਹਿ ਗਏ, ਡਰ ਗਏ, ਦਬ ਗਏ, ਨਾ ਨਿਕਲੇ, ਨਾ ਵਿਰੋਧ ਕੀਤਾ, ਆਉਣਾ ਕੇਜਰੀਵਾਲ ਨੇ 1-2 ਦਿਨਾਂ ਨੂੰ ਇੱਥੇ, ਉਹਨੂੰ ਡਟ ਕੇ, ਉਹਦਾ ਡਟ ਕੇ ਵਿਰੋਧ ਕਰਨਾ ਸੀ, ਡਟ ਕੇ ਆਉਣਾ ਕੇਜਰੀਵਾਲ ਨੇ, ਘੇਰਨਾ ਪੰਜਾਬ ਦੇ ਲੋਕ ਉੱਠ ਕੇ ਘੇਰਨਗੇ, ਅਸੀਂ ਨੀ ਸਾਨੂੰ ਤਾਂ ਤੁਹਾਨੂੰ ਫੜ ਲੈਣ, ਚੱਕ ਕੇ ਜੇਲ੍ਹ ਸਿੱਟ ਦੇਣ, ਠੋਕਣ, ਇਹ ਪੈਣਗੇ ਹਰ ਇੱਕ ਘਰ ਨੂੰ ਪੈਣਗੇ ਯਾਰ, ਇਹ ਦੱਬਣਗੇ ਹਰ ਘਰ ਨੂੰ ਪੈਣ, ਇਹੀ ਤਾਂ ਡਰ ਹੁੰਦਾ, ਇਹੀ ਦਹਿਸ਼ਤ ਹੁੰਦੀ ਹੈ ਵੀ ਆਹ ਦੱਬ ਲਿਆ ਤੇ ਹੁਣ ਤਾਂ ਪੰਜਾਬ ਦੇ ਲੋਕ, ਉਹ ਲੱਖਾਂ ਦੇ ਵੀ ਪਰਚਾ ਦੇਤਾ, ਕੁੜੀਆਂ ਤੇ ਵੀ ਦੇਤਾ, ਬਾਪੂ ਤੇ ਵੀ ਦੇਤਾ, ਭਰਾ ਤੇ, ਉਹ ਸਾਰੇ ਪਿੰਡ ਵਾਲੇ, ਹੁਣ ਇਹੀ ਬੰਦੇ ਜਿਹੜੇ ਪਿੰਡ ਦੇ ਬੈਠੇ ਨੇ ਜਾਂ ਪੰਚਾਇਤ ਆ ਜਾਂ ਇਹੀ ਬੰਦੇ ਪੈਰਵਾਈ ਕਰ ਰਹੇ ਸੀ, ਇਹੀ ਬੰਦੇ ਹੋਰ ਇਕੱਠ ਬੱਠ ਨੂੰ ਇਕੱਠਾ ਕਰਨਾ, ਉਹਨਾਂ ਤੋਂ ਡਰ ਜਾਂਦਾ ਬੰਦਾ। ਇਸ ਕਰਕੇ ਬਾਈ ਡਰਨ ਦੀ ਲੋੜ ਨਹੀਂ, ਯਾਦ ਰੱਖਿਓ, ਜੇ ਅੱਜ ਨਾ ਨਾ ਬਾਈ ਬੋਲੇ, ਗੱਲ ਥੋੜੇ ਘਰਾਂ ਤੱਕ ਆਉਣੀ ਹੈ ਬਾਈ, ਹਰ ਘਰ ਤੱਕ ਆਉਣੀ ਹੈ, ਤੇ ਬਹੁਤ ਖਤਰਨਾਕ, ਅਸੀਂ ਵਾਰ ਵਾਰ ਕਹਿੰਦੇ, ਉਹ ਬੜਾ ਖਤਰਨਾਕ ਸਮਾਂ ਆਉਣ ਵਾਲਾ ਪੰਜਾਬ ਦੇ ਉੱਤੇ, ਬਹੁਤ ਮਾੜੀਆਂ ਨੀਤੀਆਂ, ਮਾੜੇ ਕਾਨੂੰਨ ਤੁਹਾਡੀਆਂ ਨਸਲਾਂ ਨੂੰ ਤਬਾਹ ਕਰਨ ਦੀਆਂ ਸਕੀਮਾਂ ਘੜੀ ਬੈਠੇ ਆ, ਹੱਥ ਬਣਦਾ ਤੁਹਾਡੇ ਜੇ ਇਕੱਠੇ ਹੋ ਜਾਓ, ਮੇਰੇ ਵੀਰ ਇਕੱਠੇ ਹੋ ਜਾਓ ਯਾਰ, ਮਤਲਬ ਸਾਡਾ ਨਹੀਂ ਆ ਵੀ ਸਾਡੀ ਖਾਤਰ ਹੋਣਾ, ਅਸੀਂ ਵੀ ਲੜਦੇ ਪੰਜਾਬ ਖਾਤਰ ਹੀ ਫਿਰਦੇ ਹਾਂ ਯਾਰ, ਵੀ ਆਓ ਇਕੱਠੇ ਹੋ ਕੇ ਲੜਨਾ ਪੈਣਾ, ਜਵਾਬ ਇੱਟ ਦਾ ਪੱਥਰ ਨਾ ਦੇਣਾ ਪੈਣਾ, ਐਂ ਤਾਂ ਫਿਰ ਠੀਕ ਆ ਜੋ ਮਰਜ਼ੀ ਕਰਕੇ ਦੱਬ ਦੇਣਗੇ, ਚੁੱਪ ਕਰ ਜਾਓ, ਆਪਾਂ ਪਹਿਲਾਂ ਵੀ ਚੁੱਪ ਕਰਦੇ ਰਹੇ, ਆਪਾਂ ਪਹਿਲਾਂ ਵੀ ਇਹੀ ਡਰ ਕੇ ਘਰਾਂ 'ਚ ਵੜ ਗਏ, ਲਿਟ ਬੰਦ ਕਰਤੇ, ਫੋਰਸਾਂ ਮੰਗਾ ਲਈਆਂ, ਤੇ ਜਦੋਂ ਸਾਰਾ ਪੰਜਾਬ ਉੱਠਿਆ ਹੁੰਦਾ ਆਹ ਨੌਬਤ ਨਹੀਂ ਸੀ ਆਉਣੀ, ਇਹਨੂੰ ਪੈ ਗਿਆ ਮੂੰਹ ਅਸਲ ਵੀ ਕੀ ਕਰ ਲਿਆ, ਐਡਾ ਵੱਡਾ ਕੰਮ ਕਰਤਾ, NSA ਲਾਤੀ, ਚੱਕ ਕੇ ਅੰਦਰ ਸੁੱਟਤੇ, ਕੇਸ ਵੀ ਨਹੀਂ ਕੋਈ ਚੱਲਣ ਦਿੱਤਾ, ਸ਼ਰੇਆਮ ਸਿੱਧੂ ਮੂਸੇਵਾਲਾ ਮਰਵਾਇਆ, ਅੱਜ ਭਵੰਤ ਦਾ ਬਿਲਕੁਲ ਮੀਡੀਆ ਸਲਾਹਕਾਰ ਸੱਜਾ ਹੱਥ ਹੈ ਬਲਤੇਜ ਪੰਨੂ, ਜਿਹੜੇ ਬੰਦੇ ਨੇ ਉਹਦੀ ਸਿਕਿਉਰਿਟੀ ਪਹਿਲਾਂ ਸਰਕਾਰ ਨੇ ਵਾਪਸ ਲਈ, ਤੇ ਉਸ ਬੰਦੇ ਨੇ ਸਿਕਿਉਰਿਟੀ ਦੀ ਖਬਰ ਮੀਡੀਆ ਦੇ ਵਿੱਚ ਫੈਲਾਈ ਸੀ, ਤੇ ਨਾਲ ਦੀ ਨਾਲ ਦੁਸ਼ਮਣ ਨੇ ਲਾ ਕੇ ਅਟੈਕ ਉਹ ਮਾਰਤਾ ਸਾਡਾ, ਉਹ ਜਿਹੜਾ ਸਦੀਆਂ ਬਾਅਦ ਇਹ ਜਿਹੇ ਬੰਦੇ ਪੈਦਾ ਹੁੰਦੇ ਨੇ, ਉਹ ਜਿਹੇ ਬੰਦੇ ਨੇ ਮਰਵਾਏ ਆ ਯਾਰ।
ਉਦੋਂ ਵੀ ਚੁੱਪ ਕਰਕੇ ਉਦੋਂ ਵੀ ਮੈਂ ਕਿਹਾ ਸੀ ਇਹ ਗੱਲ ਜਦੋਂ ਮੂਸੇ ਦੀ ਲਾਸ਼ ਦੇ ਘਰੇ ਪਈ ਉਦੋਂ ਵੀ ਪਿੱਟਿਆ ਸੀ ਵੀ ਨਾ ਸੰਸਕਾਰ ਕਰੋ ਨਾ ਸੰਸਕਾਰ ਕਰੋ। ਅੱਜ ਹੀ ਆਪਾਂ ਨਿਕਲੇ ਸੜਕਾਂ ਤੇ ਆਹ ਨੌਬਤ ਨਹੀਂ ਸੀ ਉੱਠ ਖੜੋ ਪੰਜਾਬ ਦੇ ਲੋਕ ਉੱਠ ਖੜੋ ਤੁਹਾਡੇ ਪੈਣਗੇ ਇਹਨਾਂ ਨੇ ਵਧਣਾ ਤੁਹਾਨੂੰ ਜੋ ਜੋ ਕੇ ਦੇਖਦੇ ਵਧਣਗੇ ਪਰ ਉਦੋਂ ਵੀ ਆਪਾਂ ਡਰ ਕੇ ਘਰਾਂ ਚ ਬਹਿ ਗਏ ਬਾਈ ਅੱਜ ਭਾਨੇ ਵਾਲਾ ਹੋ ਗਿਆ ਕੱਲ ਨੂੰ ਸਾਡੇ ਵਾਲਾ ਕਿਸੇ ਹੋਰ ਵਾਲਾ ਹੋਰ ਕੋਲ ਸਭ ਦੀ ਵਾਰੀ 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 ਦਾ ਦੱਬੀ ਤੁਰੇ ਆਉਣਗੇ ਯਾਦ ਰੱਖੀ ਆ ਕੁਛ ਤੇ ਯਾਰ ਤੂੰ ਹੈਰਾਨ ਨਹੀਂ ਹੋਈ ਪਈ ਯਾਰ ਕਿਹੜੇ ਕਿਹੜੇ ਕੰਮਾਂ ਤੇ ਆਇਆ ਹੋਇਆ ਕੋਈ ਗੱਲ ਨਹੀਂ ਚੱਲ ਲਾ ਜ਼ੋਰ ਦੇਖ ਦੇ ਸੁੱਟੀਆਂ ਖੁੱਲੀਆਂ ਆਪਦੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਲਾ ਦੇ ਜ਼ੋਰ ਕਿ ਭਾਈ ਆ ਜਾਓ ਦੱਬ ਦਿਓ ਬੰਦੇ ਮਾਰ ਦਿਓ ਕਿਸੇ ਦੇ ਖਿਲਾਫ਼ ਮੁਕੱਦਮਾ ਦਰਜ ਕਰ ਦਿਓ ਕਿਸੇ ਨੂੰ ਗੈਂਗਸਟਰ ਕਹਿ ਕੇ ਮਾਰ ਦਿਓ ਕਿਸੇ ਨੂੰ ਪੱਖਪਾਤੀ ਅੱਤਵਾਦੀ ਕਹਿ ਕੇ ਮਾਰ ਦਿਓ ਦੱਬ ਲਾ ਇਤਿਹਾਸ ਦੇ ਵਿੱਚ ਲਿਖਿਆ ਕੀ ਜਾਏਗਾ ਯਾਦ ਰੱਖੀ ਜਨਤਾ ਕੀ ਲਿਖੇਗਾ ਯਾਦ ਰੱਖੀ ਇਹ ਸਵਾਲ ਇਹ ਜਵਾਬ ਦੇਣੇ ਪੈਂਦੇ ਹੁੰਦੇ ਆ ਇਤਿਹਾਸ ਲਿਖੇ ਜਾਂਦੇ ਹੁੰਦੇ ਆ ਇਹ ਲਿਖੀਆਂ ਜਾਣੀਆਂ ਨੇ ਕਿਤਾਬਾਂ ਕਾਪੀਆਂ ਲਿਖੀਆਂ ਜਾਣੀਆਂ ਨੇ ਕਹਾਣੀਆਂ ਕਿੱਸੇ ਸੋ ਮੈਂ ਹੋਰ ਬਾਈ ਤੁਸੀਂ ਜਥੇਬੰਦੀ ਤੋਂ ਨੇ ਹਾਂਜੀ ਹਾਂਜੀ ਬੋਲੋ ਬਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਕੱਲ ਭਾਈ ਸਾਨੂੰ ਪਟਿਆਲੇ ਬੁਲਾਇਆ ਗਿਆ ਸੀਗਾ ਆਪਣਾ ਡੀ ਸਾਹਿਬ ਨੇ ਅੱਛਾ ਜੀ ਉਹ ਸਾਨੂੰ ਕਹਿੰਦੇ ਵੀ ਭਾਨੇ ਦੀ ਜ਼ਮਾਨਤ ਕਰਾ ਲਓ ਹਾਂ ਅਸੀਂ ਠੋਕ ਕੇ ਫੈਸਲਾ ਉੱਥੇ ਲਿੱਤਾ ਹੈ ਤਿੰਨ ਬੰਦੇ ਦੇ ਸੀ ਦੇਖੋ ਇੱਥੇ ਪੰਜਾਬ ਪੁਲਿਸ ਦਾ ਹੌਲਦਾਰ ਆ ਜੇ ਮੇਰੇ ਵਰਗੇ ਪਜਾਮੀ ਲਵੇੜ ਲੈਂਦੇ ਨੇ ਪਰ ਡੀ ਆਈ ਨੇ ਗੱਲ ਕਰ ਲਈ ਕਿ ਬਹੁਤ ਖਾਲੇ ਦਾ ਵਾੜਾ ਨਹੀਂ ਅਸੀਂ ਜਮ੍ਹਾਂ ਠੋਕ ਕੇ ਜਵਾਬ ਦੇ ਕਹੇ ਹਾਂ ਵੀ ਜਿੰਨਾ ਤੱਕ ਸਾਡੇ ਕਿਸਾਨ ਜਥੇਬੰਦੀਆਂ ਤੇ ਸਾਡਾ ਭਰਾ ਲੱਖਾ ਜਾਂ ਹੋਰ ਮੇਰੇ ਭਰਾ ਪਿੰਡੋ ਪਿੰਡੋ ਜੁੜੇ ਹੋਏ ਨੇ ਜਿੰਨਾ ਤੱਕ ਉਹ ਸਾਨੂੰ ਕਹਿੰਦੇ ਨਹੀਂ ਅਸੀਂ ਕੋਈ ਫੈਸਲਾ ਨਹੀਂ ਲੈਂਦੇ ਬਿਲਕੁਲ ਜਵਾਬ ਦੇ ਕਹੇ ਅਸੀਂ ਪੰਜਾਬ ਪੁਲਿਸ ਦੇ ਡੀ ਜੀ ਪੀ ਨੂੰ ਡੀ ਆਈ ਸਾਹਿਬ ਨੂੰ ਪਟਿਆਲੇ ਉਦੋਂ ਪਹਿਲਾਂ ਵੀ ਸਾਨੂੰ ਬੁਲਾਇਆ ਗਿਆ ਤੇ ਕੱਲ੍ਹ ਵੀ ਸਾਨੂੰ ਬੁਲਾਇਆ ਗਿਆ ਸੀ ਸਾਡਾ ਅੱਜ ਵੀ ਜਵਾਬ ਹੈ ਕੱਲ੍ਹ ਵੀ ਸਾਡਾ ਜਵਾਬ ਹੈ ਸਾਡਾ ਇੱਕ ਗੱਲ ਇੱਕ ਮਿੰਟ ਦੂਜੀ ਗੱਲ ਜਿਹੜੀ ਸਾਡੀ ਬਰਨਾਲੇ ਦੋ ਦਿਨ ਮੀਟਿੰਗ ਹੋਈ ਹੈ ਅਸੀਂ ਸਰੇਆਮ ਕਹਿੰਦੇ ਹਾਂ ਨਾ ਤਾਂ ਅਸੀਂ ਭਾਨੇ ਜ਼ਮਾਨਤ ਕਰਾਉਣੀ ਹੈ ਭਾਨੇ ਦੇ ਪਰਚੇ ਵੀ ਰੱਦ ਕਰਾਉਣੇ ਨੇ ਤੇ ਬਿਨਾਂ ਜ਼ਮਾਨਤ ਤੋਂ ਹਰਿਆਲ ਕੇ ਘਰੇ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਇਹਨਾਂ ਨੂੰ ਬੁਲਾ ਰਿਹਾ ਕਿ ਭਾਨੇ ਦੀ ਜ਼ਮਾਨਤ ਤੁਸੀਂ ਕਰਾ ਲਓ ਜੀ ਫਿਰ ਜਿਹੜਾ ਉੱਥੇ ਏ ਡੀ ਜੀ ਪੀ ਡੀ ਜੀ ਪੀ ਅਰਪਿਤ ਸ਼ੁਕਲਾ ਜਸਕਰਨ ਸਿੰਘ ਏ ਡੀ ਜੀ ਪੀ ਗੁਰਿੰਦਰ ਢਿੱਲੋਂ ਡੀ ਆਈ ਜੀ ਭੁੱਲਰ ਚਾਰ ਅਫਸਰ ਦਸਖਤ ਕਰਕੇ ਲਿਖਤੀ ਦੇ ਕੇ ਗਏ ਹੈ ਉਹਨਾਂ ਦੀ ਜ਼ਬਾਨ ਉਹਨਾਂ ਦੀ ਜ਼ਬਾਨ ਫਿਰ ਕਿੱਥੇ ਆ ਕੱਲ ਨੂੰ ਕੋਈ ਧਰਨੇ ਲੱਗਦੇ ਨੇ ਮੁਜ਼ਾਹਰੇ ਲੱਗਦੇ ਨੇ ਤਾਂ ਇੱਥੇ ਤੁਹਾਡੇ ਨਾਲ ਖੜੂ ਕਿਹੜਾ ਬੰਦਾ ਤੁਸੀਂ ਜ਼ਬਾਨ ਤੇ ਨਹੀਂ ਖੜ ਰਹੇ ਤਾਂ ਕੱਲ ਨੂੰ ਤੁਸੀਂ ਕੋਈ ਗੱਲਬਾਤ ਕਰਨੀ ਹੈ ਕਿਸੇ ਸਿੰਘ 80 ਬੰਦਿਆਂ ਨਾਲ ਕੋਈ ਧਰਨਾ ਮੁਜ਼ਾਹਰਾ ਲੱਗਿਆ ਹੋਇਆ ਕੋਈ ਜਾਮ ਹੋਇਆ ਹੋਇਆ ਤਾਂ ਤੁਹਾਡੇ ਨਾਲ ਖੜੂ ਕਰਨ ਤੋਂ ਗੱਲ ਕੌਣ ਕਰਨ ਆਊ ਤੇ ਕਿਹੜੇ ਮੂੰਹ ਨਾਲ ਗੱਲ ਕਰਨ ਆਓਗੇ ਹੈਰਾਨੀ ਦੀ ਗੱਲ ਦੇਖੋ ਵੀ ਇੱਕ ਪਾਸੇ ਇਹ ਕਹਿ ਰਹੇ ਨੇ ਵੀ ਠੀਕ ਹੈ 10 ਤੱਕ ਨਿਬੇੜ ਦਿਆਂਗੇ ਲਿਖਤੀ ਸਮਝੌਤਾ ਦੇ ਜਾਂਦੇ ਆ ਦੂਜੇ ਬਹਿ ਕਹਿੰਦੇ ਆ ਬੁਲਾ ਕੇ ਘਰ ਵਾਲਿਆਂ ਨੂੰ ਤੇ ਜ਼ਮਾਨਤ ਕਰਾ ਲਓ ਹੱਦ ਹੋ ਗਈ ਆ ਸਭ ਕੋਈ ਗੱਲ ਨਹੀਂ ਧਾਓ ਬਾਈ ਜ਼ਬਰ ਭਾਨੇ ਦੇ ਕੋਈ ਗੱਲ ਨਹੀਂ 10 ਤਰੀਕ ਆਉਣ ਦਿਓ ਤੁਸੀਂ ਅਸੀਂ 10 ਤੋਂ ਪਹਿਲਾਂ ਕੋਈ ਉਹਦੇ ਬਿਆਨਬਾਜ਼ੀ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਅਸੀਂ 10 ਤੱਕ ਉਹਨੂੰ ਉਡੀਕਾਂਗੇ ਕਈ ਵਾਰੀ ਇਹ ਹੁੰਦਾ ਵੀ ਪਹਿਲਾਂ ਹੀ ਪਹਿਲੇ ਅਸੀਂ ਕਿਹੜਾ ਕੁਛ ਕਿਹਾ ਸੀ ਕਤਰਿਆ ਹੀ ਛੱਡਿਆ ਨਹੀਂ ਪਹਿਲਾਂ ਹੀ ਬਿਆਨਬਾਜ਼ੀ ਅਸੀਂ ਕੋਈ ਨਹੀਂ ਦੇਣੀ ਉਹ ਤੇ 10 ਤਰੀਕ ਤੱਕ ਦਾ ਸਮਾਂ ਤੁਸੀਂ ਲਿਆ 10 ਤੋਂ ਬਾਅਦ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਜਿੰਨੀਆਂ ਵੀ ਸ਼ਾਮਲ ਸੀਗੀਆਂ ਉਹਨਾਂ ਦੇ ਆਗੂ ਸਾਹਿਬਾਨ ਸੀ ਉਹਨਾਂ ਦੇ ਦਸਖਤ ਨੇ ਸਾਰਿਆਂ ਦਾ ਰਾਇ ਕਰਕੇ ਅਗਲਾ ਪ੍ਰੋਗਰਾਮ ਪੰਜਾਬ 'ਚ ਕਿਹੜਾ ਦੇਣਾ ਉਹ ਦੇਵਾਂਗੇ ਬਾਈ ਜੇ ਨਾ ਕੋਈ ਮਸਲਾ ਹੱਲ ਹੋਇਆ ਸਿਰੇ ਚੜਿਆ ਤਾਂ ਮੇਰਾ ਵੀਰ ਬੇਨਤੀ ਹੈ ਭਰਾ ਬਣ ਕੇ
ਉਦੋਂ ਪੈਰ ਜੁੱਤੀ ਨਾ ਪਾਇਓ। ਆ ਕੱਲਾ ਇੱਥੋਂ ਨਹੀਂ, ਫਿਰ ਪੂਰੇ ਪੰਜਾਬ ਦੇ ਵਿੱਚ ਜਾਮ ਹੋਣੇ ਚਾਹੀਦਾ, ਪੂਰਾ ਪੰਜਾਬ ਬੰਦ ਹੋਣਾ ਚਾਹੀਦਾ। ਅਸੀਂ ਤਾਂ ਇਹ ਕਹਾਂਗੇ ਵੀ ਇੱਥੇ ਨਹੀਂ ਗੱਲ ਖੜਨੀ ਵੀ ਆਹ ਠੀਕ ਆ, ਕੱਲਾ ਇੱਕ ਘਰ ਮੂਹਰੇ ਵਗ ਗਏ ਉੱਥੇ ਵਗ ਗਏ, ਕੋਈ ਗੱਲ ਨਹੀਂ, ਇਹ ਡਰਾਉਣਗੇ ਦਹਿਸ਼ਤ ਪਾਉਣਗੇ, ਭੰਨਾਂਗੇ ਘੇਰਾ ਤੋੜੇ ਘੇਰੇ ਤੋੜਾਂਗੇ ਸਾਰੇ ਦਹਿਸ਼ਤਾਂ ਦੇ ਡਰਾਂ ਦੇ। ਸੋ ਮੇਰਾ ਵੀਰ ਤੁਹਾਨੂੰ ਬੇਨਤੀ ਆ, 10 ਤੱਕ ਆਪਾਂ ਕੋਈ ਬਿਆਨਬਾਜ਼ੀ ਅਸੀਂ ਚੁੱਪ ਹਾਂ। ਸਾਡੇ ਖਿਲਾਫ਼ ਵੀ ਬਥੇਰਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦੇ ਕੁਛ ਬਕਾਊ ਪੱਤਰਕਾਰਾਂ ਵੱਲੋਂ, ਕੁਛ ਇਹਨਾਂ ਦੇ ਬੰਦਿਆਂ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਸਾਡੇ ਖਿਲਾਫ਼ ਵੀ ਉਹ ਆਏ ਆ ਉਹ ਆਏ ਆ। ਅਸੀਂ ਕਿਸੇ ਦਾ ਕੋਈ ਜਵਾਬ ਨਹੀਂ ਦੇਣਾ, ਅਸੀਂ ਨਹੀਂ ਚਾਹੁੰਦੇ ਕਿ ਸਾਡੇ ਆਪਸ ਵਿੱਚ ਇਹ ਫੁੱਟ ਪਵੇ, ਇਹ ਫਿੱਕ ਪਵੇ। ਇਹ ਕੋਸ਼ਿਸ਼ਾਂ ਵੀ ਹੁੰਦੀਆਂ ਨੇ, ਇਹ ਵੀ ਕਰਦੇ ਆ, ਇਹਨਾਂ ਨੂੰ ਕੁਛ ਹੋਰ ਕਹਿੰਦੇ ਆ, ਮੇਰੇ ਵਾਲੇ ਨਾਲ ਕੋਈ ਪੁਲਿਸ ਅਫਸਰ ਗੱਲ ਕਰਦਾ ਹੋਰ ਕਹਿੰਦਾ, ਵੀ ਯਤਨ ਕਰਦੇ ਆਪਸ ਮੇਂ। ਇਹ ਵੀ ਬਹੁਤ ਇੱਕ ਤੁਹਾਨੂੰ ਹੋਰ ਦੱਸ ਦਿੰਦਾ, ਇੱਕ ਪੁਲਿਸ ਦਾ ਬੜਾ ਇਹ ਪੁਰਾਣਾ ਹੰਢਿਆ ਵਰਤਿਆ ਇੱਕ ਤਰੀਕਾ ਹੈ, ਅੱਡੋ ਅੱਡੀ ਬੰਦਿਆਂ ਨਾਲ ਅੱਡੋ ਅੱਡੀ ਅਫਸਰ ਗੱਲ ਚਲਾ ਲੈਂਦੇ ਆ, ਪਰਿਵਾਰ ਨਾਲ ਅੱਡ, ਇੱਕ ਧਿਰ ਨਾਲ ਅੱਡ, ਦੂਜੀ ਧਿਰ ਨਾਲ ਅੱਡ, ਵੀ ਜਿਹੜਾ ਬੰਦਾ ਥਿੜਕ ਗਿਆ, ਜਿਹੜਾ ਬੰਦਾ ਥੋੜ੍ਹਾ ਦੱਬਦਾ, ਉਸ ਬੰਦੇ ਨੂੰ ਇਹ ਫਿਰ ਆਪਣੇ ਪਾਲੇ 'ਚ ਕਰਕੇ ਇਹ ਕਹਿੰਦੇ ਆ, ਦੂਜੇ ਨੂੰ ਕਹਿੰਦੇ ਆ ਤੁਸੀਂ ਐਵੇਂ ਰੌਲਾ ਪਾਈ ਜਾਂਦੇ ਆ, ਉਹ ਤਾਂ ਮੰਨ ਗਏ ਯਾਰ। ਜਿਵੇਂ 29 ਵਾਲੇ ਕੱਟ 'ਤੇ ਵੀ ਮੁੰਡਿਆਂ ਨੂੰ ਇਹ ਕਿਹਾ ਗਿਆ, ਉੱਥੇ ਲੱਖਾਂ ਦਾ ਸਹਿਮਤ ਹੋ ਗਿਆ, ਤੁਸੀਂ ਕਿਉਂ ਆ ਗਏ? ਆ ਇਹੀ ਵਰਤਾਂ ਇਹਨਾਂ ਨੇ ਹੁਣ ਸਿਰਜਿਆ ਆਪਣੇ ਮੀਡੀਆ 'ਤੇ ਆਪਣੇ ਬੰਦਿਆਂ ਦੁਆਰਾ, ਫਿਰ ਉਹ ਤਾਂ ਐਂ ਹੋ ਗਿਆ, ਉਹ ਐਂ ਹੋ ਗਿਆ, ਉਹਨਾਂ ਨੇ ਕੱਲਿਆਂ ਨੇ ਸਮਝੌਤਾ ਕਰ ਲਿਆ। ਹਾਲਾਂਕਿ ਮੈਂ ਤੁਹਾਨੂੰ ਅੱਜ ਦੱਸਦਾ, ਜਿਹੜਾ ਵੀ 3 ਤਰੀਕ ਨੂੰ ਗੱਲਬਾਤ ਹੋਈ ਆ, ਸਾਰਾ ਨਗਰ ਖੜ੍ਹਾ, ਯੂਨੀਅਨ ਵਾਲੇ ਖੜ੍ਹੇ ਆ, ਸਰਪੰਚ ਖੜ੍ਹਾ, ਪਰਿਵਾਰ ਖੜ੍ਹਾ, ਮੇਰਾ ਇਕੱਲੇ ਦਾ ਫੈਸਲਾ ਨਹੀਂ ਸੀ ਉਹ, ਜਥੇਬੰਦੀਆਂ ਦੇ ਆਗੂਆਂ ਨੇ ਦਸਤਖਤ ਸਾਰਿਆਂ ਦੇ, ਤੇ ਸਾਰਿਆਂ ਦੀ ਰਾਏ ਦੇ ਨਾਲ ਮੀਟਿੰਗ ਕਰਕੇ ਫੈਸਲਾ ਫੇਰ ਲਿਆ ਸੀ। ਹਾਂ ਬੋਲਿਆ ਮੈਂ ਆ, ਬੋਲਿਆ ਮੈਂ ਵੀ ਆ, ਉਦੋਂ ਬਾਅਦ ਕਾਕੇ ਕੋਲੜੇ ਨੇ ਵੀ ਬੋਲਿਆ, ਸੁਰਜੀਤ ਫੂਲ ਨੇ ਬੋਲਿਆ, ਪਰ ਇਹ ਸਾਰਾ ਵਰਤਾਂਤ ਕਿਵੇਂ ਸਿਰਜਣਾ? ਵੀ ਇੱਕ ਬੰਦੇ ਦੇ ਗੱਲ ਸਿੱਟ ਦਿਓ ਵੀ ਇਹ ਆਏ ਆ, ਵੀ ਕੱਲ ਨੂੰ ਦੁਬਾਰੇ ਮਾਹੌਲ ਨਾ ਸਿਰਜ ਸਕੇ। ਇਹ ਇਹੀ ਤਾਂ ਤਰੀਕਾ ਹੁੰਦਾ, ਇਹ ਪਹਿਲਾਂ ਵੀ ਇਹ ਤਰੀਕਾ ਵਰਤਦੇ ਨੇ, ਹੁਣ ਵੀ ਉਹੀ ਤਰੀਕਾ ਵਰਤਦੇ ਨੇ, ਵੀ ਆਪਸ ਮੇਂ ਬੰਦਿਆਂ ਨੂੰ ਪਾੜ ਦਿਓ, ਲੜਾ ਦਿਓ, ਉਹਦੇ ਖਿਲਾਫ਼ ਬਿਆਨ ਦੇਵੇ, ਉਹ ਉਹਦੇ ਖਿਲਾਫ਼ ਬਿਆਨ ਦੇਵੇ। ਮੈਂ ਜਿੰਨੇ ਵੀ ਮੇਰੇ ਭਰਾ ਨੇ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਕਿ ਕੋਈ ਬਿਆਨਬਾਜ਼ੀ 10 ਤੋਂ ਪਹਿਲਾਂ ਨੂੰ ਆਪਾਂ ਨੂੰ ਕਰਨ ਦੀ ਲੋੜ ਨਹੀਂ, 10 ਤੋਂ ਬਾਅਦ ਜੇ ਕੋਈ ਗੱਲਬਾਤ ਨਹੀਂ ਆਪਣੀ ਸਿਰੇ ਚੜ੍ਹਦੀ ਤਾਂ ਨਾਲ ਦੀ ਨਾਲ ਕੋਈ ਭਰਾ ਦੇਵਾਂਗੇ, ਉਦੋਂ ਬੈਰ ਜੁੱਤੀ ਨਾ ਪਾਇਓ। ਉਹ ਕੀ ਦੇਵਾਂਗੇ? ਉਹ ਸਾਰੀਆਂ ਜਥੇਬੰਦੀਆਂ ਨਾਲ ਰਾਇ ਕਰਕੇ ਵਿਚਾਰ ਕਰਕੇ ਸਾਂਝੇ ਤੌਰ ਤੇ ਪ੍ਰੋਗਰਾਮ ਦਿੱਤਾ ਜਾਊਗਾ। ਕੋਈ ਗੱਲਬਾਤ ਹੋ ਰਹੇਗੀ ਜੀ? 9 ਤਰੀਕ ਨੂੰ ਕੱਲ ਮੀਟਿੰਗ ਕਰਕੇ ਆਪਾਂ ਦੁਪਹਿਰ, ਹਾਂ ਕੋਈ ਨਹੀਂ, ਆਪਾਂ ਜਦੋਂ ਵੀ ਮੀਟਿੰਗ ਹੋਈ ਆਪਾਂ ਕਰ ਲਾਂਗੇ, 9 ਨੂੰ ਜਦੋਂ ਵੀ ਕਰਨੀ ਆ ਕਦੋਂ ਵੀ ਕਰਨੀ ਆ, ਉਹ ਆਪਣੇ ਸਿਰ ਤੇ ਆ, ਉਹ ਕਰਕੇ ਮੀਟਿੰਗ ਵਗੈਰਾ ਜੋ ਵੀ ਅਸੀਂ ਕਰਨਾ ਉਹ ਸਾਰਾ ਤੁਹਾਨੂੰ ਦੱਸ ਦਿਆਂਗੇ। ਪਰ ਅਸੀਂ ਇਹਨਾਂ ਨੂੰ ਇਹ ਮੌਕਾ ਨਹੀਂ ਦੇਣਾ ਵੀ ਅਸੀਂ ਤਾਂ ਤੁਹਾਡਾ ਬੰਦਾ ਛੱਡ ਰਹੇ, ਤੁਸੀਂ ਬਿਨਾਂ ਗੱਲ ਤੋਂ ਰੌਲਾ ਪਾ ਲਿਆ। ਆਹ ਮਸਲਾ ਸਿਰਫ ਅੱਜ ਤਾਂ ਬੋਲੇ ਆ ਕਿਉਂਕਿ ਜੋ ਤੁਸੀਂ ਧੱਕਾ 307 ਰਾਦਾ ਕਤਲ ਦਾ ਪਰਚਾ ਦੇ ਕੇ ਪਰਿਵਾਰ ਤੇ, ਭੈਣਾਂ ਤੇ, ਸਾਡੇ ਤੇ, ਪੰਚਾਇਤ ਤੇ, ਬਾਪੂ ਤੇ, ਛੱਡੇ ਹੀ ਕੋਈ ਨਹੀਂ, ਸਾਰੇ ਵਿੱਚ ਵਰਤੇ, ਇਹ ਤਾਂ ਬੋਲੇ ਆ। ਕੋਈ ਗੱਲ ਨਹੀਂ, ਪਰਚੇ ਲੜਦਿਆਂ ਦੇ ਪੈਂਦੇ ਹੀ ਹੁੰਦੇ ਆ, ਇਹੀ ਕੁਛ ਹੁੰਦਾ ਸੀ ਅਫਸਰ, ਹੋਰ ਕੀ ਹੁੰਦਾ? ਤੇ ਜਬਰ ਵੀ ਇੱਥੇ ਰਾਜੇ ਕਰਦੇ ਹੀ ਆਏ ਆ, ਰਾਜੇ ਸ਼ੀ ਮੁਕੱਦਮ ਕੁੱਤੇ ਇਹ ਚੱਲਦਾ ਹੀ ਆਇਆ। ਕੋਈ ਗੱਲ ਨਹੀਂ, ਅੱਜ ਤੂੰ ਰਾਜਾ, ਜਬਰ ਕਰ ਰਿਹਾ ਤੇ ਪਰਜਾ ਸਦਾ ਨਹੀਂ ਚੱਲਦੀ ਹੁੰਦੀ, ਇਹ ਬਹੁਤ ਵੱਡਾ ਭੁਲੇਖਾ। ਪਤਾ ਨਹੀਂ ਕਿਹੜੇ ਤੇਰੇ ਅਜੇ ਸਲਾਹਕਾਰ ਨੇ ਜਿਹੜੇ ਅਜੇ ਪੁੱਠੀ ਸਲਾਹ ਦਿੰਦੇ ਆ, ਉਹਨੂੰ ਫੜ ਕੇ ਅੰਦਰ ਕਰ ਦਿਓ ਜੀ ਐਂ ਦਬਜੂ ਬਾਜ, ਉਹਨੂੰ ਫੜ ਕੇ ਅੰਦਰ ਕਰ ਦਿਓ ਐਂ ਦਬਜੂ ਬਾਜ, ਕਿੰਨਿਆਂ ਦੀ ਆਵਾਜ਼ ਦੱਬਦੇਗਾ? ਇਹ ਸਾਰਾ ਪੰਜਾਬ ਹੀ ਇਹੋ ਜਿਹਾ, ਇਹ ਧਰਤੀ 'ਚ ਇਸ ਤਰ੍ਹਾਂ ਦਾ ਤੱਤ ਹੈ, ਕਿਹਨੂੰ ਕਿਹਨੂੰ ਦੱਬਦੇਗਾ? ਤੈਨੂੰ ਕਿੰਨਾ ਕੁ ਦੱਬਿਆ, ਤੈਨੂੰ ਕਿੰਨੇ ਕੁ ਨੇ ਦੱਬਿਆ ਦੱਸਦੇ ਮੈਨੂੰ? ਤੂੰ ਹਰਸਿਮਰਤ ਕੌਰ ਨੂੰ ਸਿਵਰੋ ਭਾਬੀ, ਸੁਖਬੀਰ ਬਾਦਲ ਨੂੰ ਇਹ ਮੰਦ ਬੁੱਧੀ ਬੱਚਾ ਹੈ, ਇਹ ਡਲਾ ਨਾ ਮਾਰੇ ਕਿਸੇ ਦੇ, ਕੈਪਟਨ ਦੀ ਦਾੜੀ ਤੇ ਤੰਜ ਕਰਦਾ ਰਿਹਾ, ਕੈਪਟਨ ਦੀ ਪੰਜਾਮੀ ਬਾਰੇ ਬੋਲਦਾ ਰਿਹਾ, ਇਹ ਪੰਜਾਮੀ ਐ ਪਾਉਂਦਾ, ਪੰਜਾਮੀ ਐ ਪਾਉਂਦਾ, ਕਿੱਕਲੀ ਕਲੀਰ ਦੀ ਪੱਗ ਸੁਖਬੀਰ ਦੀ, ਚਿੱਟਾ ਮੇਰੇ ਭਾਈ ਦਾ ਕਿੱਕਲੀਆਂ ਤੂੰ ਸੁਣਾਉਂਦਾ ਰਿਹਾ, ਤੈਨੂੰ ਕਿੰਨਾ ਕੁ ਦੱਬਿਆ ਬਈ? ਰੂਸਾਂ ਦਾ ਯਾਰ ਆ ਜੀ ਕੈਪਟਨ ਫਲਾਨਾ ਜੀ,
ਤੈਨੂੰ ਕਿੰਨਾ ਕੁ ਲੰਮਾ ਪਾਇਆ, ਕਿੰਨਾ ਕੁ ਤੇਰੀਆਂ ਵੀਡੀਓ ਬਣਾਈਆਂ ਨੇ ਕੁੱਟ ਕੇ ਥਾਣੇ ਚ ਸੀਆਈ ਦੇ ਵਿੱਚ, ਤੇ ਕਿੰਨੇ ਕੁ ਪਰਚੇ ਦਿੱਤੇ ਤੇਰੇ ਤੇ, ਭੁੱਲ ਗਿਆ ਉਹਦੇ ਤੈਨੂੰ? ਤੂੰ ਤਾਂ ਕਹਿੰਦਾ ਰਿਹਾ ਕਿ ਲੋਕਾਂ ਨੂੰ ਬੋਲਣ ਲਾਇਆ, ਹੁਣ ਬੋਲਣ ਵਾਲੇ ਬਰਦਾਸ਼ਤ ਨਹੀਂ ਹੁੰਦੇ ਯਾਰ। ਕੋਈ ਗੱਲ ਨਹੀਂ, ਸਮਾਂ ਬਹੁਤ ਬਲਵਾਨ ਹੁੰਦਾ, ਸਮਾਂ ਹਰ ਚੀਜ਼ ਦਾ ਹਿਸਾਬ ਲੈਂਦਾ, ਵਕਤ ਲੱਗ ਜਾਂਦਾ, ਪਰ ਇਹ ਸਾਰੇ ਹਿਸਾਬ ਤਾਂ ਆਪਾਂ ਸੇਥੀ ਦੇਣੇ ਪੈਂਦੇ। ਕੋਈ ਗੱਲ ਨਹੀਂ, ਲਾ ਜ਼ੋਰ, ਜਿੰਨਾ ਟੱਲ ਵਾਲਾ ਜ਼ੋਰ ਤੂੰ ਲਾ, ਲਾਡੀ ਚੋਟੀ ਦਾ ਸਿੱਟ ਦੇ, ਜਿਹਦਾ ਜੀ ਕਰਦਾ ਚੱਕ ਕੇ ਸਿੱਟ ਲਾਉਂਦਾ, ਇਹ ਪੰਜਾਬ ਦੇ ਲੋਕ ਤੇਰਾ ਮੂੰਹ ਤੋੜ ਜਵਾਬ ਦੇਣਗੇ। ਯਾਦ ਰੱਖੀ, ਵਾਹਿਗੁਰੂ ਜੀ ਖਾਲਸਾ ਜੀ, ਵਾਹਿਗੁਰੂ ਜੀ।